ਆਪਣਾ ਸਭ ਨੂੰ ਪਤਾ ਵੀ ਦੁਨੀਆ ਦਾ ਲੋਕਤੰਤਰ ਕਿਵੇਂ ਚੱਲਦਾ ਹੈ ਨਾ, ਸਭ ਨੂੰ ਪਤਾ ਵੀ ਬਿਲਕੁਲ ਅਮਰੀਕਾ ਜਿਹੜੇ ਦਿਨ ਟਾਈਮ ਦਾ ਸਰਪੰਚ ਮੁਲਕ ਆ, ਵੀ ਪ੍ਰਭੂ ਸੱਤਾ ਅਮਰੀਕਾ ਦੀ ਆ, ਦੂਜੇ ਦੇ ਚੀਨ ਹੈ, ਅਤੇ ਆਪਾਂ 'ਚ ਚਲੋ ਦੁਨੀਆ 'ਚ ਜੋ ਲੜਾਈ ਚੜ੍ਹਾਈ ਚੱਲਦੀ ਰਹਿੰਦੀ ਹੈ ਤਾਂ ਪੁਰਾਣੇ ਟਾਈਮਾਂ ਤੋਂ ਚੱਲਦੀ ਆ ਰਹੀ ਆ। ਪਰ ਜਦੋਂ ਦੁਨੀਆ ਦੀ ਸਭ ਤੋਂ ਪਹਿਲੀ ਸਰਕਾਰ ਕਿੱਥੇ ਬਣੀ ਕਿਸੇ ਨੂੰ ਪਤਾ? ਜਦੋਂ ਬਾਂਦਰਾਂ ਤੋਂ ਬੰਦੇ ਜਾਨਵਰ ਬਣੇ ਹੈ ਨਾ, ਮੱਛੀਆਂ ਤੋਂ ਹੌਲੀ ਹੌਲੀ ਕਿੱਥੋਂ ਆਪਣੀ ਹਿਊਮਨ ਸਿਵਿਲਾਈਜੇਸ਼ਨ ਆਈ ਹੈ ਨਾ। ਚਲ ਬਾਂਦਰ ਨਹੀਂ ਕਹਿ ਸਕਦੇ, ਮਤਲਬ ਉਹ ਸੀਗੇ, ਉਹ ਕੀ ਕਹਿੰਦੇ ਉਹਨੂੰ, ਚੱਲ ਜੇ ਆਪਾਂ ਵੀ ਹੌਲੀ ਹੌਲੀ ਹੈ ਨਾ, ਵਿੱਚ ਤਾਂ ਕੋਈ ਕਹਿੰਦੇ ਚੂਹੇ ਤੋਂ ਵੀ ਬਣਿਆ, ਕੋਈ ਬਿੱਲੀ ਤੋਂ, ਹੋਰ ਬਹੁਤ ਕੁਛ ਆ ਜਾਂਦੇ ਨੇ ਉਹਦੀਆਂ ਨੇ, ਗੁੱਸਾ ਕਰਨ ਵਾਲੀ ਗੱਲ ਨਹੀਂ, ਕਿਵੇਂ ਕਿਵੇਂ ਕੀ ਸਾਰੀ ਬਣਿਆ ਬੰਦਾ, ਗੁੱਸਾ ਕਰਨ ਵਾਲੀ ਗੱਲ ਨਹੀਂ, ਮਤਲਬ ਬਾਂਦਰ ਦਾ ਚਲੋ ਆਪਾਂ ਇਹ ਆਪਾਂ ਕਹਿ ਮਾਡਰਨ ਸਕਦੇ ਹਾਂ ਵਰਲਡ 'ਚ ਇੱਕ ਕਹਿ ਰਹੇ ਹਾਂ, ਪ੍ਰਜਾਤੀ ਸੀ ਜਿਹੜੀ ਮੌਕੀ ਲੁੱਕ ਲਾਈਕ ਥੋੜ੍ਹੀ ਜਿਹੀ ਬਾਂਦਰਾਂ ਵਰਗ ਕਹਿ ਸਕਦੇ ਹਾਂ ਵੀ ਕਹਿਣ ਦਾ ਭਾਵ ਵੀ ਹਾਂ ਵੀ ਹਾਂ ਅਸਲ ਮੈਂ ਵੀ ਇਹ ਚੀਜ਼ ਤਾਂ ਸ਼ੁਰੂਆਤ ਆਰੰਭ ਤਾਂ ਕਿੱਥੋਂ ਹੀ, ਅਤੇ ਉਦੋਂ ਬਾਅਦ ਆ ਜਾਂਦੀ ਗੱਲ ਵੀ ਆਪਾਂ ਗੱਲ ਕਰਦੇ ਹਾਂ ਬਿਫੋਰ ਕਾਮਨ ਏਰਾ ਦੀ ਹੈ ਨਾ, ਬਿਫੋਰ ਕਾਮਨ ਏਰਾ BCA ਹੈ ਨਾ, ਮਤਲਬ ਵਿੱਚ BC ਆ ਜਾਂਦਾ, ਬਿਫੋਰ ਕ੍ਰਾਈਸਟ ਆ ਜਾਂਦਾ ਉਦੋਂ ਬਾਅਦ ਕਹਿੰਦਾ, ਕਿਉਂਕਿ ਵਿੱਚ ਦੀ ਧਰਮ ਆ ਗਏ ਇਹਦੇ ਵਿੱਚ ਹੈ ਨਾ। ਹੁਣ ਇਹ ਗੱਲ ਆ ਵੀ ਦੁਨੀਆ ਦੀ ਸਭ ਤੋਂ ਪਹਿਲੀ ਸਰਕਾਰ ਬਣੀ ਕਿੱਥੇ, ਲੋਕਤੰਤਰ ਆਇਆ ਕਿੱਥੇ, ਅਤੇ ਮੈਸੋਪਟਾਮੀਆ 'ਚ ਆਇਆ ਹੈ ਨਾ, ਅੱਜ ਤੋਂ ਹਜ਼ਾਰਾਂ ਮਤਲਬ ਮੈਨੂੰ ਲੱਗਦਾ ਲੱਖਾਂ ਸਾਲ ਪਹਿਲਾਂ ਦੀ ਗੱਲ ਹੈ, ਹਜ਼ਾਰਾਂ ਦੀ ਵੀ ਨਹੀਂ, ਲੱਖਾਂ ਸਾਲ ਪਹਿਲਾਂ ਦੀ ਗੱਲ ਹੈ। ਅਤੇ ਉੱਥੇ ਸਭ ਤੋਂ ਪਹਿਲੇ ਜਿਹੜੀ ਸਰਕਾਰ ਦੇ ਉਹ ਮਿਲੇ ਨੇਗੇ ਵੀ ਹਾਂ, ਉਰੇ ਸਭ ਤੋਂ ਪਹਿਲੇ ਲੋਕਤੰਤਰ ਸਥਾਪਿਤ ਹੋਇਆ ਸੀਗਾ, ਅਤੇ ਹੁਣ ਦਾ ਉਹਨੂੰ ਇਰਾਕ ਕਿਹਾ ਜਾਂਦਾ ਹੈਗਾ, ਅਤੇ ਪਹਿਲਾਂ ਇਜਿਪਟ ਇਰਾਕ ਇਕੱਠੀ ਸੀਗੇ ਇਹਦਾ, ਚਲੋ ਬਾਅਦ 'ਚੋਂ ਉਹ ਹੋਏ ਨੇਗੇ ਅੱਡ ਅੱਡ ਹੋ ਗਏ। ਅਤੇ ਮਤਲਬ ਉਹੀ ਗੱਲ ਹੈ ਵੀ ਉੱਥੇ ਲੋਕਤੰਤਰ ਆਇਆ, ਅਤੇ ਅੱਜ ਦੇ ਟਾਈਮ ਜੇ ਦੇਖਿਆ ਜਾਵੇ ਇਰਾਕ ਦੇ ਵਿੱਚ ਲੋਕਤੰਤਰ ਹੈ ਨਹੀਂ। ਅਤੇ ਕਿਵੇਂ ਮੈਨੂੰ ਐਂ ਲੱਗਦਾ ਜਿਹੜੀ ਉਹ ਸੱਭਿਅਤਾ ਸੀ ਨਾ, ਜਿਹੜੀ ਉਹ ਪਹਿਲਾਂ ਉਹ ਟਾਈਮ ਦੀ ਸੱਭਿਅਤੀ ਸੀਗੀ, ਸੱਭਿਅਤਾ ਕਹਿੰਦੇ ਆਪਾਂ ਵੀ, ਉਹ ਬਹੁਤ ਜ਼ਿਆਦਾ ਵਧੀਆ ਸੀਗੀ ਉਹਨਾਂ ਲਵੇ, ਮਤਲਬ ਗਲੀਆਂ ਨਾਲੀਆਂ ਉਹ ਚੀਜ਼ਾਂ ਵੀ ਜੋ ਅੱਜ ਦੇ ਟਾਈਮ ਆਪਾਂ ਕਹਿੰਦੇ ਨਾ, ਉਦੋਂ ਉਹਨਾਂ ਨੇ ਉਹ ਚੀਜ਼ਾਂ ਮਤਲਬ ਕਰ ਲਈਆਂ ਸੀ, ਸਰ ਕਰ ਲਈਆਂ ਸੀ, ਕਿਉਂਕਿ ਬੰਦੇ ਦਾ ਦਿਮਾਗ ਤਾਜ਼ਾ ਤਾਜ਼ਾ ਕੀ ਕਹਿੰਦੇ ਨੇਗੇ ਚੱਲਣ ਲੱਗਿਆ ਸੀਗਾ, ਅੱਗ ਦੀ ਖੋਜ ਹੋਈ ਸੀ ਉਹ ਦਿਨਾਂ, ਉਹ ਟਾਈਮ ਆਏ ਸੀ ਨਾ, ਅੱਗ ਦੀ ਖੋਜ ਮਤਲਬ ਥੋੜ੍ਹਾ ਜਿਹਾ ਉਦੋਂ ਪਹਿਲਾਂ ਹੋ ਗਈ ਸੀ, ਕਈ ਹਜ਼ਾਰ ਸਾਲ ਪਹਿਲਾਂ। ਪਰ ਐਂ ਆ ਵੀ ਲੋਕਾਂ ਨੇ ਸਾਧਨ ਵਰਤਣੇ ਸ਼ੁਰੂ ਕਰਤੇ ਸੀਗੇ, ਸਰਕਾਰ ਮੰਨ ਲਿਆ ਸੀ ਹੈ ਨਾ, ਵੀ ਉਹਨਾਂ ਨੂੰ ਪਤਾ ਸੀ ਵੀ ਹੁਣ ਆਪਾਂ ਨੂੰ ਸਰਕਾਰ ਦੀ ਲੋੜ ਆ। ਹੁਣ ਆਪਾਂ ਲੇਟੈਸਟ ਆ ਬੰਗਲਾਦੇਸ਼ ਦੇਖਿਆ ਨਾ, ਬਾਂਗਲਾਦੇਸ਼ ਦੇ ਵਿੱਚ ਸਰਕਾਰ ਗਿਰ ਗਈ, ਟੁੱਟ ਗਈ, ਅਤੇ ਜਿਹੜੇ ਪ੍ਰੋਟੈਸਟਰ ਸੀਗੇ ਉਹ ਆਊਟ ਆਫ ਕੰਟਰੋਲ ਹੋ ਗਏ, ਈਵਨ ਕਿ ਮਿਲਟਰੀ ਦਾ ਵੀ ਕੰਟਰੋਲ ਉਹਨਾਂ ਤੱਕ ਨਹੀਂ ਰਿਹਾ ਹੈ ਨਾ, ਮਿਲਟਰੀ ਨੇ ਵੀ ਮਤਲਬ ਬੜਾ ਉਹ ਕੀਤੀ ਵੀ ਸੈਟਅਪ ਆ ਜੇ, ਬਟ ਨਹੀਂ ਹੋ ਰਿਹਾ ਉਹਨਾਂ ਤੋਂ, ਹਾਲੇ ਤੱਕ ਵੀ ਉਹਨਾਂ ਤੋਂ ਲੋਟ ਨਹੀਂ ਆ ਰਿਹਾ ਹੈ ਨਾ। ਅਤੇ ਉਹਨਾਂ ਨੇ ਚਲੋ ਇੱਕ RG ਸਰਕਾਰ ਬਣਾਈ ਆ, ਬਟ ਉਹ ਹੈ ਹੀ RG, ਲੋਕਾਂ 'ਤੇ ਉਹਨਾਂ ਦਾ ਵੀ ਕੰਟਰੋਲ ਹੈ ਨਹੀਂ, ਕਿਉਂਕਿ ਉਹ ਚੁਣੀ ਹੋਈ ਸਰਕਾਰ ਨਹੀਂ ਹੈਗੀ, ਅਤੇ ਚੁਣੀ ਹੋਈ ਸਰਕਾਰ ਡੇਗੀ। ਅਤੇ ਆਪਾਂ ਨੂੰ ਪਤਾ ਹੈ ਵੀ ਸਰਕਾਰ ਹਮੇਸ਼ਾ ਇੱਕ ਡੈਮੋਕ੍ਰੇਸੀ ਕਾਇਮ ਰੱਖਣ ਦੀ ਗੱਲ ਕਰਦੀ ਹੈ, ਭਾਵੇਂ ਹੋਵੇ ਡੈਮੋਕ੍ਰੇਟਿਕ ਸਰਕਾਰ ਜਿਵੇਂ ਆਪਣੀ ਇੰਡੀਆ 'ਚ ਆ, ਹੋਰ ਕਈ ਮੁਲਕਾਂ 'ਚ ਆ, ਭਾਵੇਂ ਹੋਵੇ ਮਨਾਰਕੀ ਜਿੱਥੇ ਰਾਜ ਚੱਲਦਾ, ਜਿੱਥੇ ਮਹਾਰਾਜੇ ਹੁੰਦੇ ਨੇਗੇ ਨਾ, ਉਹ ਚੀਜ਼ਾਂ ਹੁੰਦੀਆਂ ਨੇਗੀਆਂ, ਇਹ ਸਿਰਫ ਡੈਮੋਕ੍ਰੇਸੀ ਸਥਾਪਿਤ ਕਰਨ ਵਾਸਤੇ ਹੁੰਦੀਆਂ ਨੇ, ਅਤੇ ਜੋ ਬੈਲੈਂਸ ਆਊਟ ਰਹਿੰਦੀਆਂ ਨੇ ਥਿੰਗਸ ਹੈ ਨਾ। ਪਰ ਜੇ ਸਰਕਾਰਾਂ ਨਾ ਹੋਣ ਤਾਂ ਲੋਕ ਤਾਂ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਅੱਜ ਕੱਲ੍ਹ ਹੋਰ ਇੱਕ ਦੂਸਰੇ ਦੁਸ਼ਮਣੇ ਬਣਨ, ਹੁਣ ਜਿਵੇਂ ਉੱਥੇ ਗੱਲਾਂ ਚੱਲ ਰਹੀਆਂ ਨੇਗੀ, ਉੱਥੇ ਉਹਨਾਂ ਨੇ ਮੰਦਰ ਢਾਹ ਤੇ ਉਹ ਚੀਜ਼ਾਂ ਲਾਗੇ ਕਰਨ ਹੈ ਨਾ, ਅਤੇ ਹਿੰਦੂਆਂ ਨੂੰ ਖਤਰਾ ਆ ਗਿਆ ਉਹ, ਕਿਉਂਕਿ ਜਿੱਥੇ ਵੀ ਇੱਦਾਂ ਦੇ ਹਾਲਾਤ ਹੋ ਜਾਣ, ਸਰਕਾਰ ਨਹੀਂ ਹੈਗੀ, ਜਿਹੜੀ ਘੱਟ ਗਿਣਤੀ ਹੈ ਉਹਨੂੰ ਖਤਰਾ ਸਰਕਾਰਾਂ ਦਾ ਸ਼ੁਰੂ ਆਪਾਂ ਇੱਥੇ ਕਰ ਸਕਦੇ ਹਾਂ ਕਿ ਜਿਵੇਂ ਸ਼ੁਰੂ ਤੋਂ ਕੀ ਹੁੰਦਾ ਸੀ, ਆਪਾਂ ਉੱਥੋਂ ਆਏ ਜੇ ਬਾਂਦਰਾਂ ਵਾਲੀ ਗੱਲ ਤੋਂ, ਉੱਥੇ ਇਹ ਸੀ ਕਿ ਹਰੇਕ ਆਪਦੇ ਸਰਵਾਈਵਲ ਵਾਸਤੇ ਹੁੰਦਾ ਸੀ, ਨਾ ਕੋਈ ਫੈਮਿਲੀ ਹੁੰਦੀ ਸੀ, ਅਤੇ ਜੋ ਵੀ ਹੁੰਦਾ ਹੋਊਗਾ ਉਹਨਾਂ ਦੇ ਵਿੱਚ ਉਹ ਸਿਰਫ ਆਪਣੇ ਆਪਣੇ ਪਰਸਨਲ ਸਰਵਾਈਵਲ ਵਾਸਤੇ ਹੋਊਗਾ।
ਹੈ ਨਾ, ਚਲੋ ਆਪਾਂ ਕਰ ਸਕਦੇ ਕਿ ਮਾਂ ਦੇ ਬੱਚੇ ਨਾਲ ਪਿਆਰ, ਉੱਥੋਂ ਵੀ ਥੋੜ੍ਹਾ ਥੋੜ੍ਹਾ ਅੱਗੇ ਵੱਧਦਾ ਗਿਆ ਹੋਊਗਾ ਅਤੇ ਗਰੁੱਪ ਇਕੱਠੇ ਹੋਣੇ ਸ਼ੁਰੂ ਹੋ ਗਏ ਹੋਣਗੇ, ਜਿੱਥੇ ਉਹਨਾਂ ਦਾ ਇਹ ਹੋਊਗਾ ਕਿ ਹਾਂ ਅਸੀਂ ਆਪਣਾ ਗੁਜ਼ਾਰਾ ਇਕੱਠੇ ਮਿਲ ਕੇ ਕਰਾਂਗੇ, ਸਾਰਿਆਂ ਦਾ ਸਾਂਝਾ ਕਰਾਂਗੇ, ਹੈ ਨਾ, ਇੱਕ ਦੂਜੇ ਲਈ ਖੜਾਂਗੇ ਆਪਾਂ, ਉਹ ਗੱਲਾਂ ਸ਼ੁਰੂ ਹੋਈਆਂ ਨੇ। ਉਸ ਤੋਂ ਬਾਅਦ ਐਵੇਂ ਹੌਲੀ ਹੌਲੀ ਕਰਕੇ ਕਬੀਲੇ ਬਣੇ, ਕਬੀਲਿਆਂ ਦੇ ਹੈੱਡ ਹੋਏ, ਇੱਕ ਫੈਮਿਲੀ ਦਾ ਹੈੱਡ ਹੋ ਗਿਆ, ਫਿਰ ਕਬੀਲਿਆਂ ਦੇ ਹੈੱਡ ਹੋ ਗਏ। ਰੌਲਾ ਇਹ ਆ ਕਿ ਸ਼ਾਇਦ ਪ੍ਰੋਬਲਮ ਉੱਥੋਂ ਸ਼ੁਰੂ ਹੀ ਹੋਊਗੀ ਕਿ ਹਾਂ ਆਪਣੇ ਸਰਵਾਈਵਲ ਵਾਸਤੇ ਉਹਨਾਂ ਨੇ ਸ਼ੈਲਟਰ ਦਾ ਪ੍ਰਬੰਧ ਕੀਤਾ ਹੋਊਗਾ, ਪਰ ਹੋਰ ਕੋਈ ਗਰੁੱਪ ਵਾਲੇ ਉਹ ਆ ਕੇ ਸ਼ੈਲਟਰ ਨੂੰ ਤੋੜ ਗਏ ਜਾਂ ਕੋਈ ਹੋਰ ਗੱਲਬਾਤ ਹੋ ਗਈ, ਉੱਥੋਂ ਵੀ ਹੌਲੀ ਹੌਲੀ ਬੰਦਿਆਂ ਦੇ ਵਿੱਚ ਸਿਆਣ ਪਾਉਣੀ ਸ਼ੁਰੂ ਹੋ ਗਈ। ਉਹਨਾਂ ਨੇ ਆਪਣਾ ਪਹਿਲਾਂ ਕਬੀਲਿਆਂ ਦੇ ਹੈੱਡਾਂ ਨੂੰ ਬਣਾਉਣਾ ਸ਼ੁਰੂ ਕੀਤਾ। ਗੱਲ ਇਹ ਕਹਿ ਸਕਦੇ ਕਿ ਹਾਂ ਕਬੀਲੇ ਦਾ ਜਿਹੜਾ ਸਰਦਾਰ, ਆਪਾਂ ਸ਼ੁਰੂ ਤੋਂ ਇਹੀ ਗੱਲ ਹੋਈ ਆ ਕਿ ਕੋਈ ਜਿਹੜਾ ਕਬੀਲੇ ਦਾ ਸਰਦਾਰ ਹੋ ਸਕਦਾ ਜਾਂ ਫਿਰ ਉਹਨਾਂ ਦਾ ਰਾਜਾ ਹੋ ਸਕਦਾ। ਰਾਜਾ ਕਹਾਈ, ਰਾਜੇ ਨੂੰ ਕਿਹਾ ਇੱਕ, ਮੈਂ ਕਹਿੰਦਾ ਵੀ ਮਹਾਨ ਵਿਅਕਤੀ ਨੂੰ ਰਾਜਾ ਕਿਹਾ ਜਾਂਦਾ ਸੀ ਸ਼ੁਰੂ ਦੇ ਵਿੱਚ। ਤਾਂ ਉਹਨਾਂ ਨੇ ਆਪਣੇ ਜਿਹੜੇ ਕਬੀਲਿਆਂ ਨੂੰ, ਉਹਨਾਂ ਨੂੰ ਬਚਾਉਣ ਵਾਸਤੇ ਅੱਗੇ ਕਦਮ ਚੱਕੇ ਕਿ ਹਾਂ ਆਪਾਂ ਸਾਰੇ ਮਿਲ ਕੇ ਕਰਾਂਗੇ, ਇਕੱਠਾ ਕੀਤਾ। ਉਵੇਂ ਹੀ ਕਰ ਕਰਕੇ ਗੱਲ ਪਿੰਡਾਂ ਤੱਕ ਗਈ, ਪਿੰਡਾਂ ਤੋਂ ਅੱਗੇ ਇਲਾਕਿਆਂ ਤੱਕ, ਜ਼ਿਲ੍ਹਿਆਂ ਤੱਕ ਗੱਲ ਗਈ, ਹੈ ਨਾ, ਫਿਰ ਇੱਕ ਦੇਸ਼ ਬਣਿਆ। ਦੇਸ਼ ਦੇ ਵਿੱਚ ਆਪਾਂ ਜਦੋਂ ਤੱਕ ਸੁਣਦੇ ਆ ਰਹੇ ਹਾਂ ਸਾਰੇ ਰਾਜੇ, ਗੱਲਬਾਤ ਉਹੀ ਆ ਗਈ ਸੀ ਨਾ, ਲਾਲਚ ਹੋ ਜਾਂਦਾ। ਪਰ ਲਾਲਚ ਤੋਂ ਪਹਿਲਾਂ ਤਾਂ ਕੀ ਗੱਲ ਸੀ, ਇਹ ਸੀ ਕਿ ਹਾਂ ਸਾਰਿਆਂ ਨੇ ਮਿਲ ਕੇ ਇੱਕ ਦੂਜੇ ਲਈ ਖੜਨਾ ਅਤੇ ਇੱਕ ਦੂਜੇ ਨੂੰ ਬਚਾਉਣਾ ਅਤੇ ਇੱਕ ਦੂਜੇ ਦੇ ਸਰਵਾਈਵਲ ਵਾਸਤੇ ਇੱਕ ਦੂਜੇ ਦੀ ਰਾਖੀ ਕਰਨੀ। ਉੱਥੋਂ ਹੀ ਉਹਨਾਂ ਦੇ ਵਿੱਚ ਹੀ ਬਹੁਤ ਸਾਰੇ ਸਿਆਣੇ ਲੋਕਾਂ ਦੀ ਆਪਾਂ ਗੱਲ ਕਰ ਸਕਦੇ ਹਾਂ, ਚਲ ਸਿਆਣੇ ਵੀ ਨਹੀਂ, ਹਰੇਕ ਦੀ ਥਿਊਰੀ ਅਲੱਗ ਅਲੱਗ ਹੁੰਦੀ ਆ। ਜਿਵੇਂ ਇੱਕ ਸੀ ਜੌਨ ਲੌਕ ਹੋ ਗਿਆ, ਇੱਕ ਹੋ ਗਿਆ ਕਾਰਲ ਮਾਰਕਸ ਹੋ ਗਿਆ, ਇਹ ਬੰਦੇ ਉਹ ਸੀ ਜਿਹੜੇ ਬੰਦਿਆਂ ਨੇ ਥੋੜ੍ਹੀ ਜਿਹੀ ਸੋਚਣਾ ਸ਼ੁਰੂ ਕਰ ਦਿੱਤਾ ਕਿ ਹਾਂ ਇੱਕ ਹਿਊਮਨ ਸਿਵਲਾਈਜੇਸ਼ਨ ਨੂੰ ਰਹਿਣ ਵਾਸਤੇ ਇਕੱਠੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਆ। ਫਿਰ ਉਹਨਾਂ ਨੇ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਹਾਂ ਵੀ ਜਦੋਂ ਇੰਡਸਟਰੀਅਲ ਐਵੋਲੂਸ਼ਨ ਆਈ ਉਦੋਂ ਇਹਨਾਂ ਦਾ ਬੋਲਬਾਲਾ ਹੋਇਆ ਨਾ, ਜਿਵੇਂ ਕਾਰਲ ਮਾਰਕਸ ਹੋ ਗਏ, ਵੀ ਕਹਿੰਦਾ ਭਾਵ ਵੀ ਜਿਹੜੇ ਆਪਾਂ ਅੱਜ ਕੱਲ੍ਹ ਕਾਮਰੇਡ ਕਹਿ ਦਿੰਦੇ ਹਾਂ, ਇਹ ਕਾਮਰੇਡੀਆਂ ਦਾ ਹੈੱਡ ਸੀਗਾ ਉਦੋਂ, ਕਿਤੇ ਨਾ ਕਿਤੇ ਇਹਨਾਂ ਦੀ ਵਿਚਾਰਧਾਰਾ ਆ ਸੀਗੀ ਕਾਮਰੇਡੀਆਂ ਦੀ। ਬਟ ਮੈਨੂੰ ਐਂ ਲੱਗਦਾ ਜਿਹੜੀ ਉਦੋਂ ਇਹਨਾਂ ਦੀ ਵਿਚਾਰਧਾਰਾ ਸੀਗੀ, ਇਹਨਾਂ ਦੀ ਵਿਚਾਰਧਾਰਾ ਆਹੀ ਸੀ ਕੌਮਨਿਜ਼ਮ ਵੱਲ ਸੀ, ਹੈ ਨਾ, ਵੀ ਲੋਕਾਂ ਨੂੰ ਕੀ ਕਹਿੰਦੇ ਨੇ ਕਿ ਫਰੀ ਹੈਂਡ ਦਿੱਤਾ ਜਾਵੇ, ਕਿਤੇ ਨਾ ਕਿਤੇ ਫਰੀ ਹੈਂਡ ਵੱਲ ਸੀ ਇਹਨਾਂ ਦਾ ਨਾ। ਅਤੇ ਪਰ ਜੇ ਦੇਖਿਆ ਜਾਵੇ ਅੱਜ ਦੇ ਟਾਈਮ, ਮੈਨੂੰ ਐਂ ਲੱਗਦਾ ਇਹਨਾਂ ਦੀ ਵਿਚਾਰਧਾਰਾ ਫੇਲ ਹੈ। ਜੌਨ ਲੌਕ ਦੀ ਵਿਚਾਰਧਾਰਾ ਕਾਰਲ ਮਾਰਕਸ ਤੋਂ ਬਿਲਕੁਲ ਉਲਟ ਚੱਲਦੀ ਹੁੰਦੀ ਸੀ, ਅਤੇ ਮਤਲਬ ਉਹਦੇ ਅਕੋਰਡਿੰਗ ਇਹ ਹੁੰਦਾ ਸੀ ਕਿ ਹਾਂ ਕੋਈ ਰਾਜਾ ਹੋਣਾ ਚਾਹੀਦਾ, ਕਿ ਹਾਂ ਹਰੇਕ ਨੂੰ ਕਿਸੇ ਦੇ ਕੰਟਰੋਲ ਥੱਲੇ ਤਾਂ ਰਹਿਣਾ ਚਾਹੀਦਾ ਤਾਂ ਕਿ ਉਹਨਾਂ ਦੇ ਵਿੱਚ ਆਪਸ 'ਚ ਫਿਰ ਉਸ ਤੋਂ ਬਾਅਦ ਰੌਲੇ ਨਾ ਹੋਣ। ਉਵੇਂ ਹੀ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਆਪਣੇ ਕਹਿ ਸਕਦੇ ਹਾਂ, ਉਹਦੇ ਮੈਨੂੰ ਲੱਗਦਾ ਐਵੇਂ ਸੀਗੀ ਰਣਵੀਰ, ਸੋਰੀ ਮੈਂ ਤੁਹਾਨੂੰ ਵਿੱਚ ਗੱਲ ਕਰ ਰਿਹਾ, ਉਹ ਮੈਨੂੰ ਲੱਗਦਾ ਐਵੇਂ ਸੀਗਾ ਵੀ ਜਿਵੇਂ ਲਾ ਲਾ ਵੀ ਆਪਾਂ ਇੰਡੀਆ 'ਚ ਆ, ਹੈ ਨਾ, ਇੰਡੀਆ ਲਾ ਲਾ, ਇੰਡੀਆ ਦਾ ਪ੍ਰਧਾਨ ਮੰਤਰੀ ਆ, ਹੈ ਨਾ, ਅਤੇ ਵਿੱਚ ਸਟੇਟਸ ਨੇਗੀਆਂ, ਹੁਣ ਸਟੇਟਸ ਦਾ ਹੈੱਡ ਮੁੱਖ ਮੰਤਰੀ ਅਤੇ ਉਹਨਾਂ ਮੁੱਖ ਮੰਤਰੀਆਂ ਸਾਰਿਆਂ ਦਾ ਹੈੱਡ ਪ੍ਰਧਾਨ ਮੰਤਰੀ, ਅਤੇ ਜਿਹੜੀ ਸੁਵਿਧਾ ਜਾਂਦੀ ਹੈਗੀ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਹੈੱਡ ਤੋਂ ਜਾਂਦੀ ਹੈ, ਹੈੱਡ ਆਫ ਦਾ ਕੰਟਰੀ, ਹੈ ਨਾ, ਇੱਕ ਹੁੰਦਾ ਹੈੱਡ ਆਫ ਦਾ ਸਟੇਟ, ਹੈੱਡ ਆਫ ਦਾ ਸਟੇਟ ਤੋਂ ਵੀ ਹੈੱਡ ਆਫ ਦਾ ਕੰਟਰੀ ਬੈਠਾ ਹੈਗਾ, ਹੈ ਨਾ, ਚਲੋ ਉਦੋਂ ਉੱਤੇ ਦੇਖਿਆ ਜਾਵੇ ਆਪਣੇ ਕੋਰਟ ਨੇ, ਜੁਡੀਸ਼ੀਅਲ ਸਿਸਟਮ ਬੈਠਾ ਆਪਣਾ, ਹੈ ਨਾ, ਅਤੇ ਮੈਨੂੰ ਲੱਗਦਾ ਜੀ ਤੂੰ ਗੱਲ ਕੀਤੀ ਹੈ ਕੀ ਨਾਮ ਸੀਗਾ ਜੌਨ ਲੌਕ, ਹੈ ਨਾ, ਉਹ ਇਹੀ ਚੀਜ਼ ਨੂੰ ਉਹ ਕਰ ਰਿਹਾ ਸੀਗਾ ਵੀ ਮਤਲਬ ਹੈੱਡ ਇੱਕ ਹੋਣਾ ਚਾਹੀਦਾ ਅਤੇ ਜਿਹਦੇ ਅੰਡਰ ਕਿਤੇ ਨਾ ਕਿਤੇ ਕੰਟਰੋਲ 'ਚ ਰਹੇ ਉਹ ਬਣ ਰਹੇ ਸਿਸਟਮ ਚੱਲੇ, ਕਿਉਂਕਿ ਉਹਨਾਂ ਨੇ ਸਹੀ ਚੱਲੇ ਨਹੀਂ ਪੂਰਾ। ਆਪਾਂ ਜੇ ਗੱਲ ਕਰੀਏ ਕਿਸੇ ਸਰਕਾਰ ਬਾਰੇ ਨਹੀਂ, ਉਹਨਾਂ ਨੇ ਆਪਣੀ ਜੋ ਕਿਤਾਬਾਂ ਲਿਖੀਆਂ ਨੇ ਜੋ ਰਿਸਰਚ ਕੀਤੀ ਆ ਉਹ ਕਿਸੇ ਸਰਕਾਰ ਵਾਸਤੇ ਨਹੀਂ ਕੀਤੀ, ਉਹਨਾਂ ਨੇ ਇਕੱਲੇ ਇਕੱਲੇ ਹਿਊਮਨ ਨੇਚਰ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਅਲੱਗ ਅਲੱਗ ਆਪਣੀਆਂ ਥਿਊਰੀਆਂ ਬਣਾਈਆਂ ਨੇ ਵੀ ਕੀ ਸਹੀ ਹੋਣਾ ਚਾਹੀਦਾ, ਕੀ ਗਲਤ ਹੋਣਾ ਚਾਹੀਦਾ, ਜੇ ਆਹ ਚੀਜ਼ ਹੋਊਗੀ ਸਰਕਾਰ ਹੋਊਗੀ ਤਾਂ ਕੀ ਕੁਛ ਹੋਊਗਾ ਫਿਊਚਰ ਦੇ ਵਿੱਚ, ਜੇ ਸਰਕਾਰ ਨਹੀਂ ਹੋਊਗੀ ਤਾਂ ਕੀ ਹੋਊਗਾ, ਤਾਂ ਫੈਮਿਲੀਆਂ ਕਿੱਥੇ ਜਾਣਗੀਆਂ,
ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਫੈਮਿਲੀ ਦੇ ਕਨਸੈਪਟ ਦੀ, ਉਹ ਵੀ ਸ਼ੁਰੂ ਤੋਂ ਇਸ ਤਰ੍ਹਾਂ ਹੀ ਬਣਿਆ ਤਾਂ ਕਿ ਇੱਕ ਅਮਨ ਅਤੇ ਸ਼ਾਂਤੀ ਰਹੇ। ਠੀਕ ਆ, ਇੱਕ ਫੈਮਿਲੀ ਦਾ ਕਨਸੈਪਟ ਅਮਨ ਸ਼ਾਂਤੀ ਵਾਸਤੇ ਆ, ਚਾਹੇ ਹੁਣ ਉਲਟ ਚੱਲਦਾ ਆ ਰਿਹਾ ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਫੈਮਿਲੀ ਦਾ ਕਨਸੈਪਟ ਨਹੀਂ ਹੈਗਾ। ਆਪਾਂ ਗੱਲ ਕਰੀਏ ਵੀ ਇੱਥੇ, ਮੈਂ ਤੈਨੂੰ ਕਹਾਂ ਕਿ ਉਵੇਂ ਹੀ ਬੰਦਾ ਉਵੇਂ ਬੰਦਾ ਹੁਣ ਖੁਸ਼ ਵੀ ਨਹੀਂ ਹੈਗਾ ਹਰੇਕ ਮੁਲਕਾਂ ਦੇ ਵਿੱਚ। ਨਾਲੇ ਗੱਲ ਉਹ ਵੀ ਹੈ ਨਾ, ਹੁਣ ਆਪਾਂ ਜੁਆਇੰਟ ਫੈਮਲੀਆਂ ਦੇਖ ਲੈਂਦੇ ਹਾਂ ਨਾ, ਪਿੱਛੇ ਜਿਹੜੀਆਂ ਕਾਮਯਾਬ ਜੁਆਇੰਟ ਫੈਮਲੀਜ਼ ਨੇ ਆਪਣੇ ਪੰਜਾਬ 'ਚ ਵੀ ਹੈ ਨਾ, ਉਹ ਤਾਂ ਕਾਮਯਾਬ ਨੇ ਕਿਉਂਕਿ ਉਹ ਲਾਣੇਦਾਰੀ ਇੱਕ ਬੰਦੇ ਲਵੇ ਆ, ਉਹ ਮੈਟਰ ਨਹੀਂ ਕਰਦਾ ਵੀ ਘਰ ਦਾ ਵੱਡਾ ਬੰਦਾ ਜਾਂ ਘਰ ਦਾ ਛੋਟਾ ਬੰਦਾ ਹੈ ਨਾ, ਉਹ ਇੱਕ ਸਿਆਣਪ ਦੇ ਹੱਥ ਜ਼ਿੰਮੇਵਾਰੀ ਹੈ। ਕਹਿੰਦਾ ਵਾ ਜੋ ਪਰਿਵਾਰ 'ਚ ਸਭ ਤੋਂ ਸਿਆਣਾ ਹੁੰਦਾ ਉਹਦੇ ਹੱਥ ਜ਼ਿੰਮੇਵਾਰੀ, ਅਤੇ ਉਹ ਸਹੀ ਚਲਾ ਰਿਹਾ ਹੈਗਾ ਸਾਰਾ ਕੁਛ। ਪਰ ਜਦੋਂ ਉਹ ਚੀਜ਼ ਆ ਜਾਂਦੀ ਹੈ ਵੀ ਨਹੀਂ, ਵੀ ਸਾਨੂੰ ਹਰੇਕ ਚੀਜ਼ ਵਾਸਤੇ ਪੁੱਛਣਾ ਪੈਂਦਾ, ਉਹ ਚੀਜ਼ ਕਰਨੀ ਪੈਂਦੀ ਹੈ, ਹੁਣ ਆਪਾਂ ਸਰਕਾਰਾਂ 'ਤੇ ਹੀ ਲਾ ਲਾ ਹੈ ਨਾ, ਆਪਾਂ ਕਹਿੰਦੇ ਹਾਂ ਵੀ ਹਰੇਕ ਚੀਜ਼ ਇਹਨਾਂ ਨੂੰ ਪੁੱਛ ਕੇ ਕਰਨੀ ਪੈਂਦੀ ਹੈ ਉੱਦਾਂ। ਹੁਣ ਜੇ ਬਗਾਵਤ 'ਤੇ ਉੱਤਰ ਜਾਣਾ, ਹੁਣ ਪਾਵਰ ਤਾਂ ਗੱਲ ਕਰਦਾ ਵੀ ਉਹ ਕਿਤਨਾ ਇਹਦੇ ਕੌਂਟਰਾਡਿਕਟ ਹੋ ਜਾਂਦਾ ਪਾਵਰ ਦੇ ਵਿੱਚ, ਉਹ ਜਦੋਂ ਹੁਣ ਦੋ ਰਾਜੇ ਕਹਿੰਦਾ ਭਾਵ ਉਹ ਨਹੀਂ ਰਹਿ ਸਕਦੇ, ਇੱਕ ਮਿਆਨ 'ਚ ਦੋ ਤਲਵਾਰਾਂ ਵਾਲਾ ਕੰਮ ਆ ਵੀ ਉਹ ਨਹੀਂ ਰਹਿ ਸਕਦੀਆਂ ਹੈਗੀਆਂ। ਉਹ ਸਹੀ ਥਿਉਰੀਆਂ ਨੇ ਆਪਣੀਆਂ, ਜੇ ਦੇਖਿਆ ਜਾਵੇ ਆਪਣੇ ਕਹਾਵਤਾਂ ਦੇ ਵਿੱਚ ਵੀ ਆਈਆਂ ਹੋਈਆਂ ਨੇਗੀਆਂ, ਇਹ ਸਹੀ ਹੈ, ਇਹ ਚੀਜ਼ਾਂ ਸਹੀ ਨੇ, ਇੱਦਾਂ ਨਹੀਂ ਹੋ ਸਕਦਾ ਹੈਗਾ, ਇੱਕ ਬੰਦੇ ਲਵੇ ਹੀ ਉੱਦਾਂ ਸਹੀ ਰਹਿੰਦਾ ਹੈਗਾ। ਬਾਕੀ ਐਂ ਹੈ ਨਾ ਵੀ ਹੁਣ ਸਮੇਂ ਦੇ ਸਮੇਂ ਸੰਸਾਧਨ ਮੈਟਰ ਕਰਦੇ ਨੇਗੇ, ਹੁਣ ਜੇ ਅੱਜ ਦੇ ਟਾਈਮ ਦੇਖੀਏ ਹੈ ਨਾ, ਉਦੋਂ ਦਾ ਮੈਸੋਪੋਟਾਮੀਆ ਹੈ ਨਾ ਵੀ ਅੱਜ ਦਾ ਇਰਾਕ ਆ ਹੈ ਨਾ, ਹੁਣ ਇਰਾਕ ਦੇ ਵਿੱਚ ਪਹਿਲਾਂ ਪਾਵਰ 'ਚ ਸੀਗਾ ਸਦਾਮ ਹੁਸੈਨ 80s ਦੇ ਵਿੱਚ ਹੈ ਨਾ, 80s 90s ਦੇ ਵਿੱਚ ਨਾ ਪਾਵਰ ਦੇ ਵਿੱਚ ਰਿਹਾ, ਅਤੇ ਉਹਨੇ ਆਪਦੇ ਸੋਰਸ ਜਿਹੜੇ ਉਹਦਾ ਹੈਗਾ ਸੀ ਤੇਲ ਸੀ, ਤੇਲ ਨਿਕਲਦਾ ਸੀ ਨਾ, ਉਹਨੇ ਆਪਦਾ ਸੋਰਸ ਵਰਤਿਆ ਅਤੇ ਆਪਣੀ ਕਿਤੇ ਨਾ ਕਿਤੇ ਇਕੋਨਮੀ ਨੂੰ ਅੱਪ ਲੈ ਕੇ ਗਿਆ, ਉਹ ਅੱਪ ਸਕੇਲ 'ਤੇ ਲੈ ਕੇ ਗਿਆ। ਉਹਨੂੰ ਪਹਿਲਾਂ ਜੋ ਸਿਸਟਮ ਉਦੋਂ ਪਹਿਲਾਂ ਚੱਲਦਾ ਸੀਗਾ ਸਦਾਮ ਹੁਸੈਨ ਤੋਂ, ਉਹ ਐਂ ਚੱਲਦਾ ਸੀ ਵੀ ਜਿਹੜਾ ਅਮੈਰੀਕਾ ਸੀਗਾ, ਅਮੈਰੀਕਾ ਆਪਦੇ ਡੋਲਰ ਦੇ ਹਿਸਾਬ ਨਾਲ ਉੱਥੋਂ ਵੇਚਦਾ ਸੀ ਅਤੇ ਉਹਨਾਂ ਨੂੰ ਉੱਥੋਂ ਕੱਟ ਦਿੰਦਾ ਸੀ, ਲਾ ਲਾ ਵੀ 30% ਹੋ ਗਿਆ, 40% ਹੋ ਗਿਆ, ਇੱਦਾਂ ਦਾ ਕੱਟ ਦੇ ਦਿੰਦਾ ਸੀ ਨਾ। ਬਟ ਜਦੋਂ ਸਦਾਮ ਹੁਸੈਨ ਆਇਆ ਪਾਵਰ ਦੇ ਵਿੱਚ, ਉਹ ਇਹੀ ਕਹਿ ਕੇ ਆਇਆ ਵੀ ਸਾਨੂੰ ਪ੍ਰੋਫਿਟ ਕਿਉਂ ਨਹੀਂ ਮਿਲ ਰਿਹਾ, ਅਤੇ ਉਹਦੇ ਰਾਜ 'ਚ ਜਦੋਂ ਸਦਾਮ ਹੁਸੈਨ ਰਿਹਾ ਅਤੇ ਲੋਕ ਖੁਸ਼ ਸੀਗੇ, ਨੋ ਮੈਟਰ ਯਾਰ, ਲੋਕ ਖੁਸ਼ ਸੀ ਅਤੇ ਲੋਕਾਂ ਦੇ ਹੱਥ 'ਚ ਪੈਸਾ ਸੀਗਾ, ਅਤੇ ਕੋਈ ਪਾਵਰਫੁੱਲ ਐਨੀਮੀ ਉਹ ਕਦੇ ਨਹੀਂ ਚਾਹੁੰਦਾ ਵੀ ਇੱਦਾਂ ਚੀਜ਼ ਹੋਵੇ, ਤਾਂ ਕਿਤੇ ਉੱਦਾਂ ਪ੍ਰੋਪੋਗੈਂਡੇ ਹੋਏ ਹੈ ਨਾ, ਉਹ ਚੀਜ਼ ਕੀਤੀ ਇੱਦਾਂ ਉਹਨਾਂ ਨੇ ਉਹ ਓਵਰ ਰੂਲ ਕਰ ਲਿਆ। ਹੁਣ ਜੇ ਅਸੀਂ ਆਪਾਂ ਪੁਰਾਣੇ ਟਾਈਮਾਂ 'ਚ ਜਾਈਏ ਹੈ ਨਾ, ਜਿਹੜੀ ਸੱਭਿਅਤਾ ਸਟਰੋਂਗ ਸੀਗੀ, ਜਿਹਦੇ ਹੱਥ ਜਿੱਥੇ ਸੰਸਾਧਨ ਸੀਗੇ, ਹੁਣ ਅੱਜ ਦੇ ਟਾਈਮ ਦੇ ਸੰਸਾਧਨ, ਅੱਜ ਦੀ ਲੋੜ ਕੀ ਸੀ, ਜਿਵੇਂ ਤੇਲ ਹੈ ਨਾ, ਤੇਲ ਅੱਜ ਦੀ ਲੋੜ ਸਭ ਤੋਂ ਉਦੋਂ ਮਤਲਬ ਤੇਲ ਦੀ ਮਤਲਬ ਸ਼ੁਰੂ ਹੋਣ ਹੀ ਲੱਗੀ ਸੀ ਜਦੋਂ 80s 90s ਦੀ ਗੱਲ ਕਰਦੇ ਹਾਂ ਜ਼ਿਆਦਾ, ਕਿਉਂਕਿ ਉਦੋਂ ਗੱਡੀਆਂ ਜ਼ਿਆਦਾ ਬਣਨ ਲੱਗੀਆਂ, ਕੰਪਨੀਆਂ ਹੋਣ ਚਾਹੀਆਂ ਹੈ ਨਾ, ਗੱਡੀਆਂ ਦੇ ਨਵੇਂ ਨਵੇਂ ਮਾਡਲ ਆਏ, ਉਹ ਚੀਜ਼ਾਂ ਆਈਆਂ, ਨਾਲ ਵੱਡੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਉਹ ਚੀਜ਼ ਕੀਤੀਆਂ ਹੈ ਨਾ, ਅਤੇ ਉਹ ਚੀਜ਼ ਮਤਲਬ ਦੁਨੀਆਂ ਦੇ ਵਿੱਚ ਲੋਕਾਂ ਲਵੇ ਥੋੜ੍ਹਾ ਥੋੜ੍ਹਾ ਪੈਸਾ ਆਉਣ ਲੱਗਿਆ ਸੀ ਉਦੋਂ, ਅਤੇ ਉਹਦੇ ਚੱਕਰ 'ਚ ਹੁਣ ਜਿਹੜਾ ਤੇਲ ਵੇਚਦਾ ਹੈਗਾ ਪੈਸਾ ਉਹਦੇ ਲਵਿਆ ਪਾਵਰ ਉਹਦੇ ਕੋਲ, ਹੁਣ ਆਪਾਂ ਖਾੜੀ ਮੁਲਕਾਂ ਲਾ ਲਈਏ, ਜੇ ਇਹਨਾਂ ਲਵੇ ਤੇਲ ਹੈ ਦਵਾਈ ਉਹਨਾਂ, ਤੇਲ ਤੋਂ ਇਹਨਾਂ ਨੇ ਹੌਲੀ ਹੌਲੀ ਟੂਰਿਜ਼ਮ ਵੱਲ ਅਟਰੈਕਟ ਕੀਤਾ, ਉੱਧਰੋਂ ਪੈਸਾ ਕਮਾਇਆ ਹੈ ਨਾ, ਮਤਲਬ ਗੱਲ ਉਹੀ ਕਰਦੇ ਹਾਂ, ਪਾਵਰ ਉਹਦੇ ਲਵਿਆ ਜਿਹਦੇ ਲਵੇ ਸੰਸਾਧਨ ਨੇ, ਲੈ ਦੇ ਕੇ ਉਹ ਗੱਲ ਆ। ਅਤੇ ਉਦੋਂ ਵੀ ਜੇ ਪਹਿਲਾਂ ਵਾਲੇ ਸਿਸਟਮ ਦੀ ਗੱਲ ਕਰੀਏ ਆਪਾਂ ਪੁਰਾਣੇ ਟਾਈਮਾਂ 'ਚ, ਉਦੋਂ ਜੇ ਇਨਵੇਡ ਹੁੰਦੇ ਹੁੰਦੇ ਸੀ, ਇਹਨਾਂ ਨੂੰ ਪਤਾ ਹੁੰਦਾ ਸੀ ਵੀ ਇੱਥੇ ਸਾਧਨ ਹੈ, ਇੱਥੇ ਕੁਛ ਨਾ ਕੁਛ ਉਹ ਸਮੇਂ ਦੇ ਹਿਸਾਬ ਨਾਲ ਨੀਡ ਹੈਗੀ ਹੈ, ਲਾਲਾ ਕਿਸੇ ਦੇ ਜੰਗਲ ਜ਼ਿਆਦਾ ਹਰੇ ਭਰੇ ਸੀਗੇ ਨਾ, ਵੀ ਉਹ ਚੀਜ਼ ਸੀ, ਤਾਂ ਦੂਜਾ ਕਬੀਲਾ ਕਰ ਦਿੰਦਾ ਤੀ ਵੀ ਹਾਂ ਇੱਥੇ ਆਪਾਂ ਭੁੱਖੇ ਤਾਂ ਨਹੀਂ ਮਰਾਂਗੇ, ਵੀ ਇੱਥੇ ਆਪਾਂ ਕਾਬਜ ਕਰੇ, ਮਤਲਬ ਹਮੇਸ਼ਾ ਯਾਰ ਜੇ ਲੜਾਈ ਰਹੀ ਹੈ ਮੁਲਕਾਂ 'ਚ, ਤਾਂ ਕਿਤੇ ਨਾ ਕਿਤੇ ਪਾਵਰ ਅਤੇ ਸੰਸਾਧਨ ਪਿੱਛੇ ਰਹੀ ਹੈ। ਹੁਣ ਸਰਪੰਚ ਅਮਰੀਕਾ ਨੂੰ ਮੰਨਿਆ ਜਾਂਦਾ, ਪਰ ਰੌਲਾ ਕੀ ਚੱਲਦਾ, ਚਾਈਨਾ ਨਾ ਉੱਪਰ ਆ ਜੇ, ਇੰਡੀਆ ਨਾ ਉੱਪਰ ਆ ਜੇ, ਤਾਂ ਆਪਸ ਦੇ ਵਿੱਚ ਉਹਨਾਂ ਦੇ ਕੋਨਫਲਿਕਟ ਚੱਲਦੇ ਰਹਿੰਦੇ ਨੇ, ਅਤੇ ਇੱਕ ਦੂਜੇ ਦਾ ਜੋ ਵੀ ਸੰਸਾਧਨਾਂ ਦੀ ਚੱਲ ਸੰਸਾਧਨ ਅਤੇ ਚੱਲ ਕੁਦਰਤੀ ਨੇ, ਪਰ ਉਸ ਤੋਂ ਬਿਨਾਂ ਜਿਵੇਂ ਟੂਰਿਜ਼ਮ ਹੋ ਗਿਆ,
ਜਾਂ ਫਿਰ ਐਂਟਰਟੇਨਮੈਂਟ ਹੋ ਗਿਆ ਜਾਂ ਇਮੀਗ੍ਰੇਸ਼ਨ ਹੋ ਗਿਆ, ਉਹਨੂੰ ਇਸ ਤਰੀਕੇ ਨਾਲ ਕੰਟਰੋਲ ਕੀਤਾ ਜਾ ਰਿਹਾ? ਜਾਂ ਫਿਰ ਜਿਵੇਂ ਆਪਾਂ ਗੱਲ ਕਰੀਏ ਕਿ ਜਿਹੜੀ ਈ ਕਾਮਰਸ ਹੋ ਗਿਆ, ਟੈਕਨੋਲੋਜੀ ਹੋ ਗਈ, ਉਹ ਕਿੱਥੇ ਜ਼ਿਆਦਾ ਵੱਧ ਰਹੀ ਆ? ਹਰੇਕ ਦੇਸ਼ ਕਿਉਂ ਚਾਹੁੰਦਾ ਕਿ ਅਸੀਂ ਚੰਨ 'ਤੇ ਜਾਣਾ? ਹਰੇਕ ਦੇਸ਼ ਕਿਉਂ ਚਾਹੁੰਦਾ ਕਿ ਸਾਡੇ ਦੇਸ਼ ਦੇ ਵਿੱਚ ਪ੍ਰੋਸੈਸਰ ਬਣਨ, ਸਾਡੇ ਦੇਸ਼ 'ਚ 5G ਆ ਜਾਵੇ, 6G ਆ ਜਾਵੇ? ਕਿਉਂਕਿ ਆਪਣਾ ਜਿਹੜਾ ਦਬਦਬਾ ਉਹ ਦੂਜੇ ਮੁਲਕਾਂ 'ਤੇ ਕਿਵੇਂ ਰੱਖਿਆ ਜਾ ਸਕਦਾ, ਕਿਵੇਂ ਇੱਕ ਵਰਲਡ ਦੀ ਪਾਵਰ ਬਣ ਕੇ ਰਹਿਣਾ? ਉਹੀ ਕੁਛ ਹੁਣ ਚੱਲ ਰਿਹਾ, ਉਹੀ ਕੁਛ ਅੱਗੇ ਚੱਲੀ ਜਾਣਾ, ਉਹਦੇ ਕਰਕੇ ਹੀ ਮੈਂ ਕਹਿੰਦਾ ਕਰੋਨਾ ਆ, ਉਹਦੇ ਕਰਕੇ ਹੀ ਆ ਹੋਰ ਪ੍ਰੋਬਲਮ ਆਉਂਦੀਆਂ ਨੇ, ਠੀਕ ਆ, ਵੈਕਸੀਨਾਂ ਵੀ ਉਹਦੇ ਕਰਕੇ, ਸਾਰਾ ਕੁਛ ਉਹਦੇ ਕਰਕੇ ਹੀ ਹੋ ਰਿਹਾ। ਸਹੀ ਗੱਲ ਆ, ਹੁਣ ਸਮੇਂ ਦੀ ਨੀਡ ਹੁੰਦੀ ਆ ਹਰੇਕ ਚੀਜ਼ ਦੀ। ਜਿਵੇਂ ਉਹ ਕਹਿੰਦੇ ਉਦੋਂ USSR ਅਤੇ ਅਮੈਰੀਕਾ ਦੇ ਵਿੱਚ ਹੈ ਨਾ, ਉਦੋਂ ਕੋਲਡ ਵਾਰ ਚੱਲਦੀ ਸੀ, USSR ਉਦੋਂ ਦਾ ਰਸ਼ੀਆ ਤੋਂ ਉਦੋਂ ਬਾਅਦ ਆਇਆ, ਅਤੇ ਉਦੋਂ ਮਤਲਬ ਉਦੋਂ ਆਹ ਰੌਲਾ ਚੱਲ ਪਿਆ ਵੀ ਕਿਹੜਾ ਸਪੇਸ 'ਤੇ ਜਾਊ ਨਾ, ਸਪੇਸ 'ਤੇ ਚਲੋ ਵਗੇ ਦੋ ਇਹ ਵਗੇ, ਫਿਰ ਰੌਲਾ ਚੱਲ ਪਿਆ ਵੀ ਕਿਹੜਾ ਚੰਦ 'ਤੇ ਜਾਊ। ਅਮੈਰੀਕਾ ਨੇ ਚੰਦ 'ਤੇ ਜਾ ਕੇ ਦੁਨੀਆ 'ਚ ਸਾਬਤ ਕਰਤਾ ਵੀ ਅਸੀਂ ਚੰਦ 'ਤੇ ਗਏ ਹਾਂ, ਹਾਲਾਂਕਿ ਉਹਦੇ ਵਿੱਚ ਵੀ ਥਿਊਰੀਆਂ ਨੇ ਲੋ ਵੀ ਗਏ ਨੇ ਖਾਲੀ ਨਾ ਗਏ ਹੈ ਨਾ, ਉਹ ਚੀਜ਼ ਵੀ ਹੈਗੀ ਹੈ, ਪਰ ਕਿਤੇ ਨਾ ਕਿਤੇ ਉਹ ਦਬਦਬਾ ਕਾਇਮ ਕਰ ਲਿਆ ਉਹਨਾਂ ਨੇ, ਉਹ ਕਿਤੇ ਨਾ ਕਿਤੇ ਲੱਤ ਉੱਪਰ ਆ ਗਈ ਵੀ ਹਾਂ ਇਹ ਚੰਦ 'ਤੇ ਗਏ ਨੇ। ਉਹ ਮਤਲਬ ਐਂ ਆ ਜਾਂਦਾ ਵੀ ਕਈ ਵਾਰ ਨਾ ਤੁਹਾਨੂੰ ਪਾਵਰ 'ਚ ਰਹਿਣ ਵਾਸਤੇ ਪਾਵਰ ਸ਼ੋਅ ਵੀ ਕਰਨੀ ਪੈਂਦੀ ਆ, ਹੁਣ ਭਾਵੇਂ ਉਹ ਦੁਨੀਆ ਦੇ ਪੱਧਰ 'ਤੇ ਹੋਵੇ ਵੀ ਤੁਹਾਡਾ ਮੀਡੀਆ ਦਾਇਰਾ ਕਿਵੇਂ ਉਹਨੂੰ ਉਹ ਚੀਜ਼ ਨੂੰ ਲੈ ਕੇ ਚੱਲਦਾ ਹੈਗਾ, ਵੀ ਕਿਵੇਂ ਤੁਸੀਂ ਪ੍ਰੋਪਾਗੈਂਡਾ ਕ੍ਰੀਏਟ ਕਰਦੇ ਹੋ। ਮਤਲਬ ਆਹੀ ਗੱਲ ਆ ਯਾਰ, ਹੈਗੀ ਤਾਂ ਲੈ ਦੇ ਕੇ ਦੁਨੀਆ 'ਚ ਪਾਵਰ ਗੇਮ ਹੈ, ਹਰੇਕ ਚਾਹੁੰਦਾ ਵੀ ਸਾਡੀ ਪ੍ਰਭੂ ਸੱਤਾ ਜੇ ਹੁਣ ਆਪਣੇ ਏਸ਼ੀਆ 'ਚ ਲਾ ਲਾ, ਹੁਣ ਇੰਡੀਆ ਦੀ ਕਿਹਦੇ ਨਾਲ ਬਣਦੀ ਹੈ, ਕਿਸੇ ਨਾਲ ਨਹੀਂ ਬਣਦੀ ਹੈਗੀ, ਪਰ ਆਲੇ ਦੁਆਲੇ ਜਿਹੜੇ ਮੁਲਕ ਨੇ ਉਹ ਆਪਸ 'ਚ ਇਕੱਠੇ ਨੇ, ਠੀਕ ਹੈ, ਹੁਣ ਪਾਵਰ ਗੇਮ ਹੈ। ਹੁਣ ਲੈ ਦੇ ਕੇ ਆਪਣੇ ਏਸ਼ੀਆ 'ਚ ਸਭ ਤੋਂ ਵੱਧ ਪਾਵਰ ਹੈਗੀ ਹੈ ਚਾਈਨਾ ਕੋਲ, ਅਤੇ ਚਾਈਨਾ ਨਾਲ ਆਪਣੀ ਲਾਗ ਡਾਟਾ, ਅਤੇ ਦੂਜੀ ਆਪਣੀ ਲਾਗ ਡਾਟਾ ਪਾਕਿਸਤਾਨ ਨਾਲ, ਆਪਣੇ ਮੁਲਕ ਦੀ ਲਾਗ ਡਾਟਾ। ਬਾਈ ਲੋਕਾਂ ਦੀ ਤਾਂ ਕੀ ਲਾਗ ਡਾਟਾ 'ਚ, ਲੋਕ ਤਾਂ ਬੜੇ ਪਿਆਰ ਨਾਲ ਰਹਿੰਦੇ ਨੇ। ਹੁਣ ਜਿਵੇਂ ਆਪਾਂ ਲੇਟੈਸਟ ਹੀ ਦੇਖਿਆ ਅਰਸ਼ਨ ਨਦੀਮ ਜਿੱਤੇ ਹਨ, ਉੱਧਰੋਂ ਨੀਰਜ ਚੋਪੜਾ ਨੇ ਸਿਲਵਰ ਜਿੱਤੇ ਹਨ, ਪਰ ਉਹਨਾਂ ਦੀ ਮਾਵਾਂ ਦੇ ਕਿੰਨੇ ਸੋਹਣੇ ਸੋਹਣੇ ਬਿਆਨ ਨੇ ਵੀ ਦੋਵੇਂ ਸਾਡੇ ਪੁੱਤ ਨੇ, ਠੀਕ ਹੈ, ਕਿਉਂਕਿ ਜੇ ਲੋਕ ਐਂ ਦੇਖਿਆ ਜਾਵੇ ਨਾ ਤਾਂ ਲੋਕ ਨਹੀਂ ਉਹ ਵੰਡੀਆਂ ਪਾਲਦੇ, ਪਰ ਸਰਕਾਰਾਂ ਪਾਉਂਦੀਆਂ ਨੇ, ਸਾਰਾ ਕੁਛ ਪਾਉਂਦੀਆਂ ਨੇ, ਉਹ ਚੀਜ਼ਾਂ ਕਰਦੀਆਂ ਨੇ। ਲੋਕ ਤਾਂ ਖੂਨ ਤਾਂ ਉਹਨਾਂ 'ਚ ਵੀ ਹੈ ਯਾਰ, ਆਪਣਾ ਪੰਜਾਬੀ ਨੇ, ਕਿੰਨੇ ਪਰਿਵਾਰ ਨੇ ਉੱਧਰੋਂ ਇੱਧਰ ਆਏ ਨੇ, ਇੱਧਰੋਂ ਉੱਧਰ ਆਏ ਨੇ, ਅਨਸੈਸਟਰ ਕਿੰਨੇ ਹੈ ਨਾ, ਇਕੱਠੇ ਨੇ ਆਪਣੇ ਤਾਂ, ਇਕੱਠੇ ਦੀ ਸਾਰਾ ਕੁਛ। ਮਤਲਬ ਗੱਲ ਕਰਦੇ ਹਾਂ ਵੀ ਸਾਰੀ ਪਾਵਰ ਦੀ ਗੇਮ ਹੈ, ਚਲੋ, ਅਤੇ ਹੁਣ ਅਮੈਰੀਕਾ ਇਹ ਆਪਦੀ ਪਾਵਰ ਸਾਬਤ ਕਰ ਰਿਹਾ, ਮਤਲਬ ਸਾਰਾ ਦੁਨੀਆ 'ਚ ਪਾਵਰ ਦੀ ਗੇਮ ਹੀ ਚੱਲਦੀ ਹੈ। ਅਤੇ ਪਾਵਰ ਦੀ ਗੇਮ ਆਪਾਂ ਸ਼ੁਰੂ ਉਹੀ ਗੱਲ ਹੋਈ ਸ਼ੁਰੂ ਹੋਈ ਤੀ ਵੀ ਦੁਨੀਆ 'ਚ ਸਰਕਾਰ ਸਭ ਤੋਂ ਪਹਿਲਾਂ ਕਿੱਥੇ ਬਣੀ, ਅਤੇ ਸਭ ਤੋਂ ਪਹਿਲਾਂ ਸਰਕਾਰ ਉਹੀ ਆ ਭਾਈ ਜੋ ਸੋਰਸ ਕਹਿੰਦੇ ਨੇਗੇ, ਮੈਸੋਪੋਟਾਮੀਆ ਕਹਿੰਦੇ ਨੇ ਨਾ, ਵੀ ਉੱਥੇ ਬਣੀਆਂ ਜੋ ਅੱਜ ਦਾ ਇਰਾਕ ਆ। ਅਤੇ ਚਲੋ ਇੰਨੀ ਕੁ ਗੱਲ ਹੀ ਹੈ ਨਾ, ਕਰਦੇ ਹਾਂ, ਬਾਕੀ ਚਲੋ ਅਗਲੇ ਪੋਡਕਾਸਟ ਕਰਾਂਗੇ ਨਾ ਕੋਈ ਗੱਲਾਂ ਬਾਤਾਂ। ਅਤੇ ਜੇ ਤੁਹਾਨੂੰ ਗੱਲਾਂ ਬਾਤਾਂ ਵਧੀਆ ਲੱਗੀਆਂ, ਥੋੜ੍ਹੀਆਂ ਇਨਫੋਰਮੇਟਿਵ ਲੱਗੀਆਂ, ਅਤੇ ਜੇ ਕੋਈ ਕਮੀ ਪੇਸ਼ੀ ਵੀ ਹੋਈ ਤਾਂ ਤੁਹਾਨੂੰ ਨਾ ਕਮੈਂਟਾਂ 'ਚ ਦੱਸ ਦਿਓ ਨਾ, ਤਾਂ ਦੂਰ ਕਰਾਂਗੇ, ਕਈ ਵਾਰ ਕੋਈ ਘਾਟ ਵੱਧ ਰਹਿ ਜਾਂਦੀ ਹੈ ਚੀਜ਼ਾਂ 'ਚ। ਅਤੇ ਜਿਹੜੇ ਐਂਡ ਤੱਕ ਪਹੁੰਚੇ ਨੇ, ਧੰਨਵਾਦ ਬਾਈ ਤੁਹਾਡਾ ਨਾ, ਅਤੇ ਜ਼ਰੂਰ ਕੋਈ ਨਾ ਕੋਈ ਹਾਰਟ ਕੋਈ ਚੀਜ਼ ਨਾ ਪੋਸਟ ਜ਼ਰੂਰ ਕਰਿਓ ਇਮੋਜੀ ਟਾਈਪ, ਤਾਂ ਜੋ ਸਾਨੂੰ ਵੀ ਪਤਾ ਲੱਗੇ ਸਾਡੀ ਵੀਡੀਓ ਪਸੰਦ ਕੀਤੀ। ਧੰਨਵਾਦ ਜੀ।